एक जमीन नू 16-16 बारी जो बेचा जाता है। खड़े जीरपुरा ते वीआईपी रोड पैंदा ते लोग इत्थे धाहां मारदे नजर आए कुछ दिन पहला, पर इत्थे होया कि लोग पढ़े लिखे हाई एजुकेटेड लोग जिहड़े ने ओह कहिंदे कि असीं मूर्ख बन गए। लोकी रो रहे ने, लोगों की गड्डिया तक डुब गई, लोग डुब गए, उन्होंने समान चले गए, जान माल के इन्ने नुकसान हुए ने, की सुतियां पईयां ने सरकार। हिमाचल का हाली जिहड़ी नई रोड्स बनिया ने या जिहड़े नए पुल बने ने वह भी सारे टुट गए ने। गूगल तो इंजीनियरिंग करते हो तुसी, कोई ताड़ा सिस्टम नहीं है। इस तो चंगे तो अंग्रेज सन जिहड़े कि 100 साल पहले जिहड़ी चीज बना के अज भी टिकी हुई है। वो राज ही चंगा सी ना जी, अज भी जिहड़ी एको ही पहाड़ां दे विच ट्रेन चलती है सिर्फ वही बनाई गई है। कहन नूं असीं कहने कि असीं विश्व गुरु हाँ, साढ़े तो उस तो बाद एक भी पहाड़ां दे विच ट्रेन नहीं बनाई गई। नदी के उत्ते घर पवाता इन्होंने, कहिंदे पिछों दी हाईवे कढ़ाउण लगे सीगे नदी विच। ਇਹ ਖਾਸ ਕਰ ਉਹਨਾਂ ਲੋਕਾਂ ਵਾਸਤੇ ਵੀ ਜਿਹੜੇ ਹਜੇ ਲੈਣ ਨੂੰ ਪਲਾਨ ਕਰ ਰਹੇ ਨੇ ਵੀ ਨਾ ਫਸਿਓ ਉਹਨਾਂ ਬਿਲਡਰਾਂ ਤੇ ਡੀਲਰਾਂ ਦੇ ਝਾਂਸਿਆਂ ਦੇ ਵਿੱਚ ਜਿਹੜੇ ਸਿਰਫ ਇੱਕ ਤੁਹਾਨੂੰ ਸੁਪਨੇ ਦਿਖਾਉਂਦੇ ਨੇ। ਉਸ ਲੈ ਕੇ ਸਰਕਾਰਾਂ ਨੇ ਜਿਹੜੀ ਦੇ ਦਿੱਤੀ ਗਲਤ ਜਗ੍ਹਾ ਮਕਾਨ ਬਣਾਉਣ ਦੀ, ਮਾਈਨਿੰਗ ਕਰਨ ਦੀ ਤੇ ਪੇੜ ਕੱਟਣ ਦੀ ਸਵਕ੍ਰਿਤੀ, ਉਹਨਾਂ ਨੂੰ ਸਬਕ ਸਿਖਾਉਣ ਲਈ ਇਹ ਰੋਦਰ ਰੂਪ ਧਾਰ ਰਹੀ ਹੈ ਪ੍ਰਕਿਰਤੀ। ਜਿਨ ਮਿਡਲ ਕਲਾਸ ਬੰਦਿਆਂ ਨੇ ਲੱਖਾਂ ਰੁਪਏ ਲਗਾ ਕੇ ਆਪਣਾ ਇੱਕ ਇੱਕ ਰੁਪਈਆ ਇਕੱਠਾ ਕਰਕੇ ਇਹ ਜਿਹੜਾ ਆਪਣਾ ਆਪਣਾ ਘਰ ਸਜਾਇਆ, ਉਹਨਾਂ ਦਾ ਕੀ ਹਾਲ ਹੈ? ਸਤਿ ਸ੍ਰੀ ਅਕਾਲ। ਜਦੋਂ ਮੀਂਹ ਪਿਆ ਤੇ ਨਾਲ ਹੀ ਪਾਣੀ ਖੜਿਆ, ਆਖਰ ਲੋਕਾਂ ਨੂੰ ਪਰੇਸ਼ਾਨ ਵੀ ਕਰਿਆ ਤੇ ਲੋਕਾਂ ਦੀਆਂ ਕਿਵੇਂ ਚੀਕਾਂ ਨਿਕਲੀਆਂ ਨੇ ਉਹ ਸਭ ਦੇ ਸਾਹਮਣੇ ਨੇ। ਇਹ ਸ਼ਬਦ ਇਸ ਲਈ ਵਰਤ ਰਿਹਾ ਮੈਂ ਕਿਉਂਕਿ ਇਹ ਦਰਦ ਦੇ ਉਹ ਸ਼ਬਦ ਨੇ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਆਖਰ ਜਿਹੜੇ ਹਾਲਾਤ ਟ੍ਰਾਈ ਸਿਟੀ ਦੇ ਬਣੇ, ਮੀਂਹ ਪਿਆ, ਪਾਣੀ ਆਇਆ, ਇਹ 'ਚ ਵੀ ਕੋਈ ਦੋ ਰਾਏ ਨਹੀਂ ਕਿ ਇਹ ਕੁਦਰਤੀ ਆਫ਼ਤ ਹੈ। ਪਰ ਦੂਜੇ ਪਾਸੇ ਇਹ ਸੀ ਵੀ ਜਦੋਂ ਲੋਕ ਡੁੱਬਣ ਨੂੰ ਆ ਗਏ ਤਾਂ ਅਜਿਹੇ ਹਾਲਾਤ ਉੱਥੇ ਬਿਹਤਰ ਇੱਦੂ ਹੋ ਸਕਦਾ ਸੀਗਾ ਜਾਂ ਫਿਰ ਇਹ ਸੀ ਵੀ ਇੰਨਾ ਹੀ ਹੋਣਾ ਜ਼ਰੂਰੀ ਸੀ। ਅੱਜ ਗੱਲ ਕਰਾਂਗੇ ਟ੍ਰਾਈ ਸਿਟੀ ਦੇ ਉਹ ਤਮਾਮ ਪ੍ਰੋਜੈਕਟਾਂ ਨੂੰ ਲੈ ਕੇ ਕਿ ਕਿਸ ਤਰ੍ਹਾਂ ਨਾਲ ਉਹਦੇ ਮਹਿੰਗੇ ਮਹਿੰਗੇ ਫਲੈਟ ਤਾਂ ਵੇਚੇ ਜਾਂਦੇ ਨੇ। ਇੱਕ ਜ਼ਮੀਨ ਨੂੰ 16-16 ਵਾਰੀ ਜਦੋਂ ਵੇਚਿਆ ਜਾਂਦਾ, ਯਾਨੀ ਕਿ ਇੱਕ ਜ਼ਮੀਨ ਦੀ ਕੀਮਤ ਆ ਜਦੋਂ 16 ਵਾਰੀ ਫਲੈਟ ਬਣਾ ਕੇ ਅੱਗੇ ਲਈ ਜਾਂਦੀ ਆ, ਤਾਂ ਉੱਥੇ ਨਾਮ ਦੇ ਤੌਰ ਤੇ ਹੀ ਸਿਰਫ ਫੈਸਿਲਿਟੀਆਂ ਰਹਿੰਦੀਆਂ ਨੇ। ਇਹ ਖਾਸ ਕਰ ਉਹਨਾਂ ਲੋਕਾਂ ਵਾਸਤੇ ਵੀ ਜਿਹੜੇ ਹਜੇ ਲੈਣ ਨੂੰ ਪਲਾਨ ਕਰ ਰਹੇ ਨੇ ਵੀ ਨਾ ਫਸਿਓ ਉਹਨਾਂ ਬਿਲਡਰਾਂ ਤੇ ਡੀਲਰਾਂ ਦੇ ਝਾਂਸਿਆਂ ਦੇ ਵਿੱਚ ਜਿਹੜੇ ਸਿਰਫ ਇੱਕ ਤੁਹਾਨੂੰ ਸੁਪਨੇ ਦਿਖਾਉਂਦੇ ਨੇ। ਰਾਜਾ ਸਿੰਘ ਨੇ ਸਾਡੇ ਨਾਲ ਉਹਨਾਂ ਗੱਲਬਾਤ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਤਸਵੀਰ। ਅਸੀਂ ਖੜੇ ਜੀਰਪੁਰਾ ਤੇ ਵੀਆਈਪੀ ਰੋਡ ਪੈਂਦਾ ਤੇ ਲੋਕ ਇੱਥੇ ਧਾਹਾਂ ਮਾਰਦੇ ਨਜ਼ਰ ਆਏ ਕੁਝ ਦਿਨ ਪਹਿਲਾਂ। ਰਾਜਾ ਜੀ ਦੇਖੀਏ, ਇੱਕ ਇੱਕ ਜਗ੍ਹਾ ਜਦੋਂ ਵਿਕਦੀ ਹੈ ਇੰਨੇ ਇੰਨੇ ਥਾਵੇਂ, ਯਾਨੀ ਕਿ ਇੱਕ ਮੋਟੀ ਚੰਗੀ ਕਮਾਈ ਹੁੰਦੀ ਹੈ, ਚਲੋ ਫਰਜ਼ ਬਣਦਾ ਹਰ ਇੱਕ ਬੰਦੇ ਨੇ ਕਮਾਉਣ ਵਾਸਤੇ ਬੈਠਾ, ਪਰ ਇੱਥੇ ਹੋਇਆ ਕਿ ਲੋਕ ਪੜ੍ਹੇ ਲਿਖੇ ਹਾਈ ਐਜੂਕੇਟਡ ਲੋਕ ਜਿਹੜੇ ਨੇ ਉਹ ਕਹਿੰਦੇ ਕਿ ਅਸੀਂ ਮੂਰਖ ਬਣ ਗਏ ਹਾਂ। ਕਿਉਂ ਲੱਗਿਆ ਇਸ ਤਰ੍ਹਾਂ ਦੇ ਨਾਲ? ਗੱਲ ਹੈ ਸੁਮੀਤ ਜੀ, ਮੈਂ ਆਪਣੇ ਇੱਕ ਦੋ ਲਾਈਨਾਂ ਲਿਖੀਆਂ ਨੇ, ਉਹ ਬੋਲ ਕੇ ਹੀ ਉੱਤੋਂ ਸ਼ੁਰੂਆਤ ਕਰਾਂਗਾ ਕਿ ਘੂਸ ਲੈ ਕੇ ਸਰਕਾਰਾਂ ਨੇ ਜਿਹੜੀ ਦੇ ਦਿੱਤੀ ਗਲਤ ਜਗ੍ਹਾ ਮਕਾਨ ਬਣਾਉਣ ਦੀ, ਮਾਈਨਿੰਗ ਕਰਨ ਦੀ ਤੇ ਪੇੜ ਕੱਟਣ ਦੀ ਸਵਕ੍ਰਿਤੀ, ਉਹਨਾਂ ਨੂੰ ਸਬਕ ਸਿਖਾਉਣ ਲਈ ਇਹ ਰੋਦਰ ਰੂਪ ਧਾਰ ਰਹੀ ਹੈ ਪ੍ਰਕਿਰਤੀ। ਇਹ ਨੇਚਰ ਦੇ ਨਾਲ ਨਾਲ ਇਹ ਕਰਪਸ਼ਨ ਦਾ ਵੀ ਬਹੁਤ ਵੱਡਾ ਹੱਥ ਹੈ। ਇਹ ਜਿਹੜੇ ਹਾਲਾਤ ਹਿਮਾਚਲ, ਪੰਜਾਬ, ਹਰਿਆਣਾ, ਇਹ ਹਰ ਜਗ੍ਹਾ ਬਣੇ ਨੇ। ਗੱਲ ਅਸੀਂ ਪੰਜਾਬ 'ਚ ਹਾਂ, ਪੰਜਾਬ ਦੀ ਕਰ ਰਹੇ ਹਾਂ, ਲੇਕਿਨ ਹਰ ਜਗ੍ਹਾ ਹਾਲ ਇੱਕੋ ਹੀ ਹੈ ਕਿ ਕਿਸੇ ਤਰੀਕੇ ਦੀ ਕੋਈ ਪਲਾਨ ਨਹੀਂ ਹੈ। ਮੈਂ ਕਹਿੰਦਾ ਕਿ ਇੱਕ ਇੰਡੀਆ ਹੀ ਇੱਕ ਐਸੀ ਜਗ੍ਹਾ ਹੈ ਜਿੱਥੇ ਕਿ ਇਨਸਾਨਾਂ ਤੋਂ ਵੱਧ ਜਾਨਵਰਾਂ ਦੀ ਜ਼ਿਆਦਾ ਕਦਰ ਹੈ ਤੇ ਇਨਸਾਨਾਂ ਦੀ ਜਾਨਵਰਾਂ ਤੋਂ ਵੀ ਗਈ ਗੁਜ਼ਰੀ ਕਦਰ। ਠੀਕ ਹੈ ਜੀ, ਜਿਨ ਮਿਡਲ ਕਲਾਸ ਬੰਦਿਆਂ ਨੇ ਲੱਖਾਂ ਰੁਪਏ ਲਗਾ ਕੇ ਆਪਣਾ ਇੱਕ ਇੱਕ ਰੁਪਈਆ ਇਕੱਠਾ ਕਰਕੇ ਇਹ ਜਿਹੜਾ ਆਪਣਾ ਘਰ ਸਜਾਇਆ, ਉਹਨਾਂ ਦਾ ਕੀ ਹਾਲ ਹੈ? ਲੋਕੀ ਰੋ ਰਹੇ ਨੇ, ਲੋਕਾਂ ਦੀ ਗੱਡੀਆਂ ਤੱਕ ਡੁੱਬ ਗਈਆਂ, ਲੋਕੀ ਡੁੱਬ ਗਏ, ਉਹਨਾਂ ਦੇ ਸਮਾਨ ਚਲੇ ਗਏ, ਜਾਨ ਮਾਲ ਦੇ ਇੰਨੇ ਨੁਕਸਾਨ ਹੋਏ ਨੇ, ਕੀ ਸੁੱਤੀਆਂ ਪਈਆਂ ਨੇ ਸਰਕਾਰਾਂ? ਹਿਮਾਚਲ ਦਾ ਹਾਲੀ ਜਿਹੜੀ ਨਈ ਰੋਡਸ ਬਣੀਆਂ ਨੇ ਜਾਂ ਜਿਹੜੇ ਨਏ ਪੁਲ ਬਣੇ ਨੇ ਉਹ ਵੀ ਸਾਰੇ ਟੁੱਟ ਗਏ ਨੇ। ਵੀ ਕਿਹੜੀ ਗੂਗਲ ਤੋਂ ਇੰਜੀਨੀਅਰਿੰਗ ਕਰਦੇ ਹੋ ਤੁਸੀਂ? ਕੋਈ ਤੁਹਾਡਾ ਸਿਸਟਮ ਨਹੀਂ ਹੈ। ਇਸ ਤੋਂ ਚੰਗੇ ਤੇ ਅੰਗਰੇਜ਼ ਸਨ ਜਿਹੜੇ ਕਿ 100 ਸਾਲ ਪਹਿਲੇ ਜਿਹੜੀ ਚੀਜ਼ ਬਣਾ ਕੇ ਅੱਜ ਵੀ ਟਿੱਕੀ ਹੋਈ ਹੈ। ਉਹ ਰਾਜ ਹੀ ਚੰਗਾ ਸੀ ਨਾ ਜੀ, ਅੱਜ ਵੀ ਜਿਹੜੀ ਇੱਕੋ ਹੀ ਪਹਾੜਾਂ ਦੇ ਵਿੱਚ ਟ੍ਰੇਨ ਚੱਲਦੀ ਹੈ ਸਿਰਫ ਉਹੀ ਬਣਾਈ ਗਈ ਹੈ। ਕਹਿਣ ਨੂੰ ਅਸੀਂ ਕਹਿੰਦੇ ਕਿ ਅਸੀਂ ਵਿਸ਼ਵ ਗੁਰੂ ਹਾਂ, ਸਾਡੇ ਤੋਂ ਉਸ ਤੋਂ ਬਾਅਦ ਇੱਕ ਵੀ ਪਹਾੜਾਂ ਦੇ ਵਿੱਚ ਟ੍ਰੇਨ ਨਹੀਂ ਬਣਾਈ ਗਈ, ਨਾ ਸਾਡਾ ਕੋਈ ਸਿਸਟਮ ਹੈ।
ਤੇ ਇਹ ਵਿਚਾਰਯੋਗ ਗੱਲ ਹੈ ਕਿ ਸਰਕਾਰਾਂ ਨੂੰ ਦੇਖਣਾ ਪਏਗਾ ਕਿ ਜਿਹੜਾ ਜਿਹੜਾ ਪਾਣੀ ਦਾ ਰਾਹ ਸੀ ਉੱਥੇ ਤੁਸੀਂ ਬਿਲਡਿੰਗਾਂ ਬਣਾਤੀਆਂ, ਉੱਥੇ ਤੁਸੀਂ ਸੁਸਾਇਟੀਆਂ ਬਣਾਤੀਆਂ, ਕਿੰਨੇ ਉਹ ਦਿੱਤੇ, ਕਿੰਨੇ ਪਰਮਿਸ਼ਨਸ ਦਿੱਤੀਆਂ। ਮੈਂ ਅੱਜ ਭਗਵੰਤ ਮਾਨ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ, ਸਭ ਤੋਂ ਪਹਿਲੇ ਇਸ ਗੱਲ ਦੇ ਉੱਤੇ ਕਾਰਵਾਈ ਬਿਠਾਵੇ ਕਿ ਕਿੰਨੇ ਪਰਮਿਸ਼ਨਾਂ ਦਿੱਤੀਆਂ ਨੇ, ਚਾਹੇ ਫਿਰ ਉਹ ਮੰਤਰੀ ਨੇ, ਚਾਹੇ ਫਿਰ ਉਹ ਅਫਸਰ ਨੇ, ਚਾਹੇ ਉਹ ਕੋਈ ਵੀ ਹੈ, ਉਹਨਾਂ ਨੂੰ ਨੱਪੋ। ਅੱਜ ਭਾਵੇਂ ਉਹ ਰਿਟਾਇਰ ਵੀ ਹੋ ਗਏ ਨੇ, ਘਰੋਂ ਫੜ ਕੇ ਲਿਆਓ ਵੀ ਅੱਜ ਜਿਹੜਾ ਜਾਨੀ ਮਾਲ ਪੰਜਾਬ ਦਾ ਨੁਕਸਾਨ ਹੋਇਆ ਉਹਦੇ ਲਈ ਉਹ ਲੋਕ ਜ਼ਿੰਮੇਦਾਰ ਨੇ ਜਿਨ੍ਹਾਂ ਨੇ ਨੇਚਰ ਦੇ ਨਾਲ ਛੇੜਖਾਨੀ ਕੀਤੀ, ਆਪਣੇ ਪੈਸੇ ਦੀ ਹਵਸ ਪੂਰੀ ਕਰਨ ਵਾਸਤੇ ਲੋਕਾਂ ਦੇ ਜਿਹੜੇ ਜੀਵਨ ਦੇ ਨਾਲ ਖੇਡੇ ਨੇ। ਔਰ ਇਹ ਜਿਹੜੀ ਪੰਜਾਬ ਦੀ ਅੱਜ ਹਾਲਤ ਹੋਈ ਹੈ, ਪੰਜਾਬ ਪਹਿਲੇ ਹੀ ਕਰਜ਼ੇ 'ਚ ਡੁੱਬਿਆ ਪਿਆ, ਹੁਣ ਹਾਲਾਤ ਹੋਰ ਬੁਰੇ ਹੋ ਗਏ। ਮੈਂ ਤੇ ਕਹਿੰਦਾ ਪਤਾ ਨਹੀਂ ਪੰਜਾਬ ਨੂੰ ਕਿਹਦੀ ਨਜ਼ਰ ਲੱਗ ਗਈ ਹੈ। ਰੱਬ ਮਿਹਰ ਕਰੇ, ਮੈਂ ਕਹਿੰਦਾ ਕਿ ਸਾਰੇ ਅਰਦਾਸ ਕਰੋ ਕਿ ਪੰਜਾਬ ਇਸ ਸਿਸਟਮ ਤੋਂ ਬਾਹਰ ਨਿਕਲੇ, ਉਹੀਓ ਰੰਗਲਾ ਪੰਜਾਬ ਬਣੇ। ਲੇਕਿਨ ਰੰਗਲਾ ਪੰਜਾਬ ਬਣੇਗਾ ਕਿੱਥੋਂ ਜਦ ਸਾਰੇ ਕਰਪਸ਼ਨ 'ਚ ਡੁੱਬੇ ਹੋਏ ਨੇ। ਪਰ ਗੱਲ ਇਹ ਵੀ ਜਿਹੜੇ ਅਸੀਂ ਫਲੈਟਾਂ ਦੀ ਗੱਲ ਕਰਦੇ ਹਾਂ, ਉਰੇ ਫਲੈਟ ਕਲਚਰ ਬਹੁਤ ਹੈ। ਪਹਿਲਾਂ ਬੰਬੇ ਸੁਣਦੇ ਹੁੰਦੇ ਸੀਗੇ, ਪਰ ਉਰੇ ਜਦੋਂ ਫਲੈਟ ਕਲਚਰ ਆਇਆ ਉਰੇ ਹਾਸੀ ਲੱਗਦੀ ਸੀ ਸ਼ੁਰੂ 'ਚ ਵੀ, ਇਹਨਾਂ ਨੂੰ ਕੌਣ ਖਰੀਦੂਗਾ। ਹੁਣ ਬਿਲਡਿੰਗ ਬਣਦੀ ਮਗਰੋਂ ਹੈ, ਵਿਕ ਪਹਿਲਾਂ ਜਾਂਦੀ ਹੈ, ਉਦੋਂ ਬਾਅਦ ਦੇ ਵਿੱਚ ਬੰਦੇ ਨੂੰ ਕਹਿੰਦਾ ਸਾਲ ਕ ਤਾਂ ਉਹਦੇ ਬੜੀ ਰੰਗਤ ਵਧੀਆ ਲੱਗਦੀ ਹੈ ਵੀ ਇਹੋ ਜਿਹਾ ਫਰਨਿਸ਼ਿੰਗ ਕੰਮ ਕਰਿਆ ਹੁੰਦਾ ਹੈ, ਜਿਹੜਾ ਉਹਨਾਂ ਨੂੰ ਇੰਟੀਰੀਅਰ ਅੰਦਰ ਮਿਲਦਾ ਉਹ ਵੀ ਜਿਵੇਂ ਕਹਿ ਦਈਏ ਵੀ ਵਰਲਡ ਕਲਾਸ ਮਿਲਦਾ। ਪਰ ਜਦੋਂ ਸਾਲ ਬੀਤਦਾ ਜਾਂਦਾ ਉਦੋਂ ਬਾਅਦ ਦੇ ਵਿੱਚ ਉਹ ਐਂ ਪਤਾ ਲੱਗਦਾ ਵੀ ਇਹ ਤਾਂ ਪਲਸਤਰ ਵੀ ਗਿਰਨ ਨੂੰ ਤਿਆਰ ਹੈ। ਆਹ ਬਿਲਡਿੰਗਾਂ ਦੇ ਮਗਰ ਹਾਲ ਦੇਖਦੇ ਨੇ ਵੀ ਭੋਰਾ ਮੀਂਹ ਕੀ ਪੈ ਗਿਆ ਤੇ ਉਦੋਂ ਬਾਅਦ ਇਹਨਾਂ ਦੇ ਰੰਗ ਖੁੜ ਖੁੜ ਕੇ ਸਮਿੰਟ ਗਿਰ ਰਿਹਾ ਹੈ। ਇੰਨਾ ਜ਼ਿਆਦਾ ਜੇ ਕਹੀਏ ਕਿ ਹਾਈ ਐਜੂਕੇਟਡ ਲੋਕ ਮੂਰਖ ਬਣ ਰਹੇ ਨੇਗੇ, ਅਨਪੜ੍ਹ ਬੰਦਾ ਮੈਂ ਕਹਿੰਦਾ ਫਿਰ ਵੀ ਸਿਆਣਾ ਰਹਿ ਜਾਂਦਾ ਕਿਤੇ ਨਾ ਕਿਤੇ। ਇਹ ਸਾਰਾ ਮਾਇਆ ਜਾਲ ਹੈ ਕੀ ਹੈ ਬਿਲਡਰਾਂ ਤੇ ਲੀਡਰਾਂ ਦਾ? ਪ੍ਰੋਬਲਮ ਸਭ ਤੋਂ ਵੱਡੀ ਸੁਮਿਤ ਜੀ ਕੀ ਹੈਗੀ ਹੈ ਕਿ ਇੱਥੋਂ ਦੇ ਲੋਕਾਂ ਦਾ ਡਰ ਖਤਮ ਹੋ ਗਿਆ। ਇੱਥੋਂ ਦੇ ਲੋਕ ਸੋਚਦੇ ਨੇ ਕਿ ਯਾਰ ਕੋਈ ਦਿੱਕਤ ਆਏਗੀ, ਪੈਸਾ ਆਪਣੇ ਕੋਲ ਹੈ, ਪ੍ਰਸ਼ਾਸਨ ਵਿਕਿਆ ਹੋਇਆ, ਕਦੀ ਕੋਈ ਦਿੱਕਤ ਆਏਗੀ ਦੇਖ ਲਾਂਗੇ। ਕਦੀ ਨਾ ਕੋਈ ਸੀਵਰੇਜ ਸਿਸਟਮ ਹੈ। ਤੁਸੀਂ ਇਹ VIP ਰੋਡ ਦੀ ਗੱਲ ਕਰਦੇ ਹੋ, ਤੁਸੀਂ ਰੋਡਸ ਦੇਖ ਲਓ, ਰੋਡਸ ਦਾ ਹਾਲ ਦੇਖ ਲਓ, ਸੁਸਾਇਟੀਆਂ ਦਾ ਹਾਲ ਦੇਖ ਲਓ। ਵਿਚਾਰੇ ਲੋਕੀ ਤਿੰਨ ਤਿੰਨ ਚਾਰ ਚਾਰ ਦਿਨਾਂ ਤੋਂ ਪੰਪ ਲਾ ਕੇ ਆਪਣੇ ਕੀ ਕਹਿੰਦੇ ਨੇ ਲੱਗੇ ਹੋਏ ਨੇ ਪਾਣੀ ਕੱਢਣ ਵਾਸਤੇ। ਔਰ ਜਿਹੜੇ ਗੰਦ ਵਿੱਚ ਰਹਿ ਰਹੇ ਨੇ, ਕੀ ਉਹ ਲੋਕਾਂ ਨੇ ਲੱਖਾਂ ਰੁਪਏ ਇਸੇ ਵਾਸਤੇ ਦਿੱਤਾ ਸੀ ਕਿ ਗੰਦ ਵਿੱਚ ਰਹਿਣ? ਅੱਜ ਪੰਜਾਬ ਦੇ ਹਰ ਸੂਬਿਆਂ ਵਿੱਚੋਂ ਸਾਨੂੰ ਨਈ ਤਸਵੀਰਾਂ ਮਿਲ ਰਹੀਆਂ ਨੇ। ਕੀ ਹਾਲ ਹੈ ਪੰਜਾਬ ਦੇ ਲੋਕਾਂ ਦਾ? ਕੀ ਸਾਡੀ ਸਰਕਾਰਾਂ ਇੰਨੇ ਸਾਲਾਂ ਦੇ ਵਿੱਚ ਸਾਨੂੰ ਇਹ ਸਹੂਲੀਅਤ ਵੀ ਨਹੀਂ ਦੇ ਸਕੀਆਂ? ਮੰਨੇ ਤੁਸੀਂ ਆਪਣੇ ਘਰ ਭਰ ਲਏ, ਲੇਕਿਨ ਤੁਸੀਂ ਕੁਛ ਤੇ ਕਰਦੇ। ਮੈਂ ਕਹਿੰਦਾ ਕਿ ਤੁਸੀਂ ਦੇਖੋ ਕਿ ਵੀ ਕੋਈ ਪਲੈਨਿੰਗ ਨਹੀਂ, ਕੋਈ ਕੁਛ ਨਹੀਂ। ਗਮਾਡਾ ਜਿਹਨੂੰ ਸਿੰਗਾਪੁਰ ਕਹਿ ਕੇ ਵੇਚ ਰਿਹਾ ਏਅਰਪੋਰਟ ਰੋਡ, ਉਹਦੇ ਹਾਲਾਤ ਤੁਸੀਂ ਦੇਖੇ ਨੇ। ਗੱਡੀਆਂ ਤੈਰ ਰਹੀਆਂ ਨੇ, ਪਾਣੀ ਹੈ ਨੀ, ਲਾਈਟ ਹੈ ਨੀ, ਹਾਂਜੀ। ਤੇ ਕੀ ਉਹਨਾਂ ਨਾਲ ਧੋਖਾ ਨੀ ਜਿਨ੍ਹਾਂ ਨੇ ਕਰੋੜਾਂ ਰੁਪਏ ਲਾ ਕੇ ਉੱਥੇ ਫਲੈਟ ਦੇ ਉੱਤੇ ਕੋਠੀਆਂ ਲਿੱਤੀਆਂ ਹੋਈਆਂ ਨੇ? ਵਿਸ਼ਵਾਸਘਾਤ ਨਹੀਂ ਹੈ? ਆਮ ਤੌਰ ਤੇ ਜਦੋਂ ਜੇ ਕਹੀਏ ਵੀ ਅਸੀਂ ਕੋਈ ਵੀ ਚੀਜ਼ ਲੈਣ ਜਾਂਦੇ ਹਾਂ, ਘਰੋਂ 10 ਜਣਾਂ ਦੀ ਸਲਾਹ ਲੈਂਦੇ ਹਾਂ, ਪਰ ਉਰੇ ਜਿਹੜੇ ਹਾਲਾਤ ਬਣਦੇ ਨੇ ਉਰੇ ਸੋਚਣ ਤੱਕ ਦਾ, ਕਿਉਂਕਿ ਮੈਂ ਤਾਂ ਦੇਖਿਆ ਵੀ ਸੋਚਣ ਤੱਕ ਦਾ ਅੱਗੇ ਉੱਥੋਂ ਨੂੰ ਮੌਕਾ ਨਹੀਂ ਦਿੰਦੇ। ਉਹ ਐਂ ਹੁੰਦਾ ਵੀ ਬਸ ਜੀ ਆਹ ਦੇਖੋ ਪੂਰੇ 70 ਫਲੈਟ ਨੇ ਗੇ, 50 ਵਿਕ ਗਏ, 20 ਤੁਹਾਡੀ ਕਿਸਮਤ ਦੇ ਨੇ, ਉਹ 'ਚ ਤੁਹਾਡਾ ਵੀ ਹੋ ਸਕਦਾ। ਬੰਦੇ ਨੂੰ ਇਸ ਤਰ੍ਹਾਂ ਦੇ ਨਾਲ ਭਰਮਾਇਆ ਜਾਂਦਾ ਹੈ ਵੀ ਹਾਲਾਤ, ਬੰਦਾ ਇਹਨੂੰ ਐਂ ਲੱਗਦਾ ਵੀ ਸ਼ਾਇਦ ਜੰਨਤ ਹੀ ਮੈਂ ਲੈ ਰਿਹਾ, ਬਾਕੀ ਤਾਂ ਮੂਰਖ ਬਣ ਗਈ। ਦੇਖੋ ਸੁਮਿਤ ਜੀ, ਪੰਜਾਬੀ ਦੀ ਕਹਾਵਤ ਹੈ ਕਿ ਆਪਣਾ ਘਰ ਸੰਭਾਲੀਏ ਤੇ ਦੂਜੇ ਨੂੰ ਨਾ ਕਹੀਏ ਚੋਰ। ਅਸੀਂ ਤੇ ਇਹ ਗੱਲ ਮੰਨਦੇ ਹਾਂ ਕਿ ਜਦ ਸਾਨੂੰ ਸਰਕਾਰ ਤੇ ਪ੍ਰਸ਼ਾਸਨ ਹੀ ਠੱਗਣ ਤੇ ਆਇਆ ਤੇ ਇਹ ਬਿਲਡਰਾਂ ਦਾ ਕੀ ਰੋਣਾ ਰੋਈਏ? ਇਹ ਤੇ ਆਪਣੀ ਕਮਾਈ ਕਰਨ ਆਏ ਨੇ, ਇਹ ਬਿਜ਼ਨਸਮੈਨ ਨੇ, ਠੀਕ ਹੈ ਜੀ। ਇਹ ਆਪਣੀ ਕੁਆਲਿਟੀ ਆਫ ਕੰਸਟਰਕਸ਼ਨ ਵੀ ਥੱਲੇ ਗਿਰ ਚੁੱਕੀ ਹੈ, ਇਹਨਾਂ ਦੀ ਕੀ ਕਰਨੀ ਹੈ? ਸਾਡੇ ਸਰਕਾਰ ਦੀ ਵੀ ਗਿਰੀ ਪਈ ਹੈ, ਉਹਦੇ 'ਚ ਪਤਾ ਨਹੀਂ ਜਿੱਥੇ ਸੀਮੈਂਟ ਮਿਲਾਉਣਾ ਉੱਥੇ ਰੇਤਾਂ ਮਿਲਾ ਕੇ ਕੰਮ ਚੱਲ ਰਹੇ ਨੇ। ਤਾਂ ਹੀ ਤੁਸੀਂ ਦੇਖਿਆ ਵੀ ਤਾਸ਼ ਦੇ ਪੱਤਿਆਂ ਵਾਂਗੂ ਜਿਹੜੇ ਪੁੱਲ ਨੇ ਉਹ ਟਹਿਰੇ ਨੇ, ਰਿਟੇਨਿੰਗ ਵਾਲਸ ਦੇ ਬੁਰੇ ਹਾਲ ਨੇ, ਹਰ ਜਗ੍ਹਾ ਜਿਹੜੇ ਮਕਾਨ ਟੁੱਟ ਰਹੇ ਨੇ, ਜਿਹੜੀ ਦਿੱਕਤਾਂ ਆ ਰਹੀਆਂ ਨੇ, ਜਿਹੜੀ ਗੁਲਮੋਹਰ ਜਿਹੜੀ ਸੋਸਾਇਟੀ ਡੇਰਾ ਬੱਸੀ ਵਾਲੀ ਹੈ, ਜਿਹਦੇ ਪਾਣੀ ਭਰੇ ਪਏ, ਪਹਿਲੀ ਮੰਜ਼ਿਲ ਤੱਕ ਪਾਣੀ ਆ ਗਿਆ, ਕਾਰਾਂ ਸਾਰੀ ਡੁੱਬ ਗਈਆਂ, ਕੀ ਉਸ ਬਿਲਡਰ ਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ? ਜਿਨ੍ਹਾਂ ਨੇ ਉਸ ਨੂੰ ਪਰਮਿਸ਼ਨਸ ਦਿੱਤੀਆਂ, ਸੈਂਕਸ਼ਨ ਕੀਤੀਆਂ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ? ਹੁਣ ਤੱਕ ਕਹਿਣ ਦਾ ਮਤਲਬ ਪਿੱਛੇ ਜਮਾਤਾਂ ਕਰਦੇ ਨਜ਼ਰ ਆਉਣੇ ਚਾਹੀਦੇ ਸੀਗੇ, ਕੋਈ ਕਾਰਵਾਈ ਨਹੀਂ? ਕਿਉਂਕਿ ਪਤਾ ਹੈ ਕਿ ਕੋਈ ਕਾਰਵਾਈ ਹੋਏਗੀ ਤੇ ਆਪਾਂ ਸਾਂਭ ਲਾਂਗੇ। ਮੈਂ ਕਹਿੰਦਾ ਭਗਵੰਤ ਮਾਨ ਸਰਕਾਰ ਨੂੰ ਮੇਰੀ ਅਪੀਲ ਹੈ ਵੀ ਜੇ ਤੂੰ ਵਾਕਈ ਲੋਕਾਂ ਦਾ ਸੋਚਣ ਵਾਲਾ ਹੈ ਔਰ ਲੋਕਾਂ ਦੀ ਸੋਚਦਾ ਹੈ, ਤੇ ਜਿਹੜੇ ਪ੍ਰੋਜੈਕਟ ਅੱਜ ਦੀ ਮੋਹਾਲੀ ਦੇ ਸਰਾਊਂਡਿੰਗਸ ਨੇ, ਸ਼ੁਰੂਆਤ ਇੱਥੋਂ ਕਰੋ। ਦੇਖੋ ਕਿਹੜੇ ਕਿਹੜੇ ਬਿਲਡਰ ਜਿਹੜੇ ਹੈਗੇ ਨੇ, ਜਿਨ੍ਹਾਂ ਨੇ ਨੋਰਮਸ ਪੂਰੇ ਕੀਤੇ ਕਿ ਨਹੀਂ ਕੀਤੇ। ਅਗਰ ਨਹੀਂ ਕੀਤੇ ਤੇ ਉਹ ਬਿਲਡਰ ਵੀ ਨੱਪੇ ਜਾਣ,
ਉਹ ਅਫਸਰ ਵੀ ਨੱਪੇ ਜਾਣ ਜਿਨ੍ਹਾਂ ਨੇ ਉਹ ਪਰਮਿਸ਼ਨਸ ਦਿੱਤੀਆਂ ਨੇ, ਚਾਹੇ ਉਹ ਰਿਟਾਇਰ ਹੋ ਕੇ ਹੁਣ ਘਰ ਵੀ ਬਹਿ ਗਏ ਨੇ, ਉਹਨਾਂ ਨੂੰ ਉੱਥੋਂ ਫੜ ਕੇ ਲਿਆਇਆ ਜਾਵੇ ਤੇ ਸਜ਼ਾ ਦਿੱਤੀ ਜਾਵੇ। ਇੱਕ ਚੀਜ਼ ਹੋਰ ਹੈ ਰਾਜਾ ਜੀ, ਜਦੋਂ ਉਹਦੇ ਲੋਕ ਫਲੈਟ ਖਰੀਦ ਲੈਂਦੇ ਨੇ, ਕਿਉਂਕਿ ਕੋਠੀਆਂ ਦਾ ਤਾਂ ਬਹੁਤ ਘੱਟ ਹੈਗਾ, ਫਲੈਟਾਂ ਦਾ ਜ਼ਿਆਦਾ ਆ, ਜਦੋਂ ਲੋਕ ਉਹਦੇ ਫਲੈਟ ਖਰੀਦ ਲੈਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਮੈਂਟੇਨੈਂਸ ਚਲੋ ਉਹ ਦਿੰਦੇ ਨੇ ਕਿ ਮਹਿੰਗੇ ਮਹਿੰਗੇ ਮੈਂਟੇਨੈਂਸ ਦਿੰਦੇ ਨੇ, ਹਰੇਕ ਮਹੀਨੇ ਵੀ ਸਾਨੂੰ ਜੀ ਤੁਹਾਨੂੰ 24 ਘੰਟੇ ਬਿਜਲੀ ਸਪਲਾਈ ਮਿਲੂ, ਤੁਹਾਨੂੰ ਪਾਣੀ ਮਿਲੂ, ਫਿਰ ਤੁਹਾਨੂੰ ਜਿਹੜਾ ਜਿਮ ਸਵੀਮਿੰਗ ਪੂਲ ਤਾਂ ਪਤਾ ਨਹੀਂ ਬੰਦਾ ਨਹਾਵੇ ਨਾ ਨਹਾਵੇ, ਉਹਨੂੰ ਸਵੀਮਿੰਗ ਪੂਲ ਵੀ ਮਿਲੂ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਦੋਂ ਉਹ ਲੈ ਬੈਠਦੇ ਨੇਗੇ ਚੀਜ਼ ਜਗ੍ਹਾ ਉਹਨਾਂ ਨੇ ਖਰੀਦ ਲਈ ਆ, ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਉਰੇ ਤਾਂ ਹਜੇ ਕਿਉਂਕਿ ਨੋਰਮ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸੁਸਾਇਟੀ ਹੈਂਡਓਵਰ ਕਰੀ ਜਾਂ ਨਹੀਂ ਕਰੀ, ਫਿਰ ਕੱਲ ਨੂੰ ਤੁਸੀਂ ਪੈਸੇ ਕਿਹਨੂੰ ਦੇਈ ਜਾਂਦੇ, ਪਤਾ ਲੱਗਦਾ ਸੀਵਰ ਵੀ ਹੈ ਨਹੀਂਗਾ, ਉਹ ਆਪਦਾ ਪਾਈਪ ਆ ਰੱਖਿਆ ਹੈਗਾ, ਕੋਈ ਸਿਸਟਮ ਬਣਾ ਰੱਖਿਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਕੀ ਤੁਹਾਨੂੰ ਲੱਗਦਾ ਵੀ ਜ਼ਿਆਦਾਤਰ ਧਿਆਨ ਕਰ ਲੈਣਾ ਚਾਹੀਦਾ ਇਹ ਮੂਰਖਨਾਮਾ? ਦੇਖੋ, ਧਿਆਨ ਤੇ ਜਿਹੜਾ ਸਿਆਣੇ ਬੰਦੇ ਹੁੰਦੇ ਨੇ, ਜਦ ਕੋਈ ਬਿਲਡਿੰਗ ਬਣਨ ਲੱਗਦੀ ਹੈ ਉਹ ਉਸੇ ਟਾਈਮ ਦੇਖਣਾ ਸ਼ੁਰੂ ਕਰਦੇ ਨੇ ਉੱਥੇ ਕੀ ਮਟੀਰੀਅਲ ਲੱਗ ਰਿਹਾ ਕੀ ਨਹੀਂ ਲੱਗ ਰਿਹਾ। ਜਿਨ੍ਹਾਂ ਨੇ ਲੈਣਾ, ਜਿਨ੍ਹਾਂ ਦਾ ਜਿਹੜਾ ਨਿਸ਼ਾਨਾ ਪਹਿਲੇ ਸਹੀ ਹੁੰਦਾ, ਠੀਕ ਹੈ, ਉਹ ਬਿਲਡਰ ਦੀ ਰੈਪੂਟੇਸ਼ਨ ਪਤਾ ਕਰਦੇ ਨੇ। ਮੇਰੀ ਸਭ ਨੂੰ ਸਲਾਹ, ਕਿਸੇ ਵੀ ਬਿਲਡਰ ਦਾ ਜਿਹੜਾ ਨਵਾਂ ਬਿਲਡਰ ਹੈ ਉਹ ਤੋਂ ਬਿਲਕੁਲ ਨਾ ਲਓ, ਜਿਹੜਾ ਪੁਰਾਣਾ ਬਿਲਡਰ ਹੈ ਉਹਦੇ ਪ੍ਰੋਜੈਕਟ ਜਾ ਕੇ ਦੇਖੋ ਕਿ ਅੱਜ ਉਹਦੇ ਪ੍ਰੋਜੈਕਟ ਦੀ ਕੀ ਮੇਨਟੇਨੈਂਸ ਹੈ। ਇਹ ਗਾਈਡਲਾਈਨ ਹੋ ਗਏ, ਕਿੱਥੇ ਵੀ ਪ੍ਰੋਜੈਕਟ ਲੈ ਰਹੇ ਹੋ ਉਹਦੀ ਪੂਰੀ ਰੇਖੀ ਕਰੋ, ਜਲਦਬਾਜ਼ੀ ਨਾ ਕਰੋ, ਕਿੱਥੇ ਉਹ ਭੱਜਿਆ ਨਹੀਂ ਜਾ ਰਿਹਾ, ਅੱਜ ਇੱਥੇ ਨਹੀਂ ਮਿਲੂਗਾ ਕਿੱਥੇ ਹੋਰ ਮਿਲ ਜਾਊਗਾ, ਲੇਕਿਨ ਜਿੱਥੇ ਮਿਲੇ ਉੱਥੇ ਸਾਹ ਦਾ ਸੁੱਖ ਦਾ ਸਾਹ ਤੇ ਲਓਗੇ। ਰੇਕੀ ਕਰਨੀ ਬੜੀ ਜ਼ਰੂਰੀ ਹੈ, ਬਿਲਡਰ ਬਾਰੇ ਇਨਫੋਰਮੇਸ਼ਨ ਲੈਣੀ ਬੜੀ ਜ਼ਰੂਰੀ ਹੈ। ਅਗਰ ਬਿਲਡਰ ਨੇ ਕੋਈ ਪੁਰਾਣਾ ਵੇਚ ਰੱਖਿਆ ਹੋਇਆ ਤੇ ਉਦੋਂ ਉਹਦੀ ਜਾ ਕੇ ਤਸਕੀ ਕਰੋ ਕਿ ਵੀ ਇਹ 3 ਸਾਲ ਹੋ ਗਏ, 4 ਸਾਲ ਹੋ ਗਏ, ਕੀ ਇਹ ਮੇਨਟੇਨੈਂਸ ਸਹੀ ਹੈਗੀ ਹੈ, ਇਹਦਾ ਮਟੀਰੀਅਲ ਸਹੀ ਕਰ ਰਿਹਾ। ਆਮ ਤੌਰ ਤੇ ਕੀ ਹੈਗਾ ਕਿ ਪਬਲਿਕ ਵਿਚਾਰੇ ਆਪਣੇ ਪੰਗਿਆਂ ਚ ਇੰਨੀ ਫਸੀ ਹੋਈ ਹੈ ਕਿ ਉਹ ਬਿਲਡਰ ਨਾਲ ਕਿੱਥੇ, ਬਿਲਡਰ ਟਾਈਮ ਨਹੀਂ ਹੈਗਾ ਉਹਨਾਂ ਕੋਲ, ਕਿੱਥੇ ਬਿਲਡਰ ਦੇ ਨਾਲ ਉਹ ਅਦਾਲਤ ਵਿੱਚ ਭੁਗਤਦੇ ਰਹਿਣਗੇ। ਉਹਦੇ ਵਿੱਚ 10 ਬੰਦੇ ਤਿਆਰ ਨੇ, 10 ਬੰਦੇ ਤਿਆਰ ਨਹੀਂ ਹੈਗੇ। ਉਹਦੀ ਵਕੀਲਾਂ ਦੀ ਟੀਮ ਪਹਿਲਾਂ ਰੈਡੀ ਹੈ, ਉਹਦੀ ਵਕੀਲਾਂ ਦੀ ਟੀਮ ਪਹਿਲੇ ਰੈਡੀ ਹੈ, ਤੇ ਉਹਦੇ ਨਾਲ ਕੀ ਹੋ ਗਿਆ ਕਿ ਉਹਨਾਂ ਨੂੰ ਪਤਾ ਵੀ ਨਾ ਇਹਨਾਂ ਦੀ ਯੂਨਿਟੀ ਬਣਨੀ ਹੈ, ਨਾ ਇਹ ਮੇਰੇ ਅਗੇਂਸਟ ਖੜੇ ਹੋ ਸਕਦੇ ਨੇ, ਇਸੇ ਵਾਸਤੇ ਉਹ ਪੈਸੇ ਲੁੱਟ ਕੇ ਮੋਜਾਂ ਮਾਰ ਕੇ ਆਪਣੇ ਅਗਲੇ ਪ੍ਰੋਜੈਕਟ ਚਲਾ ਰਹੇ ਨੇ। ਪਰ ਇਹ ਜਿਵੇਂ ਇਹ ਸੁਸਾਇਟੀ ਦਾ ਹਾਲ ਦੇਖਿਆ ਸੀ ਅਸੀਂ, ਪਹਿਲੀ ਮੰਜ਼ਿਲ ਤੱਕ ਪਾਣੀ ਪਹੁੰਚ ਗਿਆ, ਚਲੋ ਖੈਰ ਦੇਖਿਆ ਜਾਵੇ, ਇਹ ਵੀ ਕੋਈ ਬਿਲਡਰ ਨਹੀਂ ਚਾਹੁੰਦਾ ਹੁੰਦਾ ਵੀ ਮੇਰਾ ਨਾਮ ਖਰਾਬ ਹੋਵੇ, ਇਹ ਚਲੋ ਹੋ ਸਕਦਾ ਵੀ ਬਿਲਡਿੰਗ ਦਾ ਕੀ ਹਿਸਾਬ ਕਿਤਾਬ ਸੀਗਾ, ਪਰ ਮੋਸਟਲੀ ਜਿਹੜੀਆਂ ਸੁਸਾਇਟੀਆਂ ਨੇ ਪਾਣੀ ਉਹ ਡੁੱਬੀਆਂ ਕਿਵੇਂ, ਉਹਨਾਂ ਕੋਲ ਰਾਹ ਕਿਤੇ ਵੀ ਨਹੀਂ ਹੈਗਾ, ਕਿਸੇ ਕੋਲ ਵੀ ਨਹੀਂ ਹੈਗਾ ਇਹ? ਦੇਖੋ, ਕੋਈ ਵੀ ਜਿਹੜਾ ਬਿਲਡਰ ਹੈ ਅਗਰ ਉਹ ਪ੍ਰੋਪਰ ਆਪਣੇ ਇੱਕ ਕੋਲ ਸਟਾਫ ਨਹੀਂ ਰੱਖੇਗਾ, ਇੱਕ ਤੇ ਉਹਦੀ ਦਿੱਕਤ, ਦੂਜਾ ਅਗਰ ਸਰਕਾਰ ਵੀ ਪ੍ਰੋਪਰ ਸਟਾਫ ਨਹੀਂ ਰੱਖੇਗੀ, ਇੰਜੀਨੀਅਰਸ ਜਿਹੜੇ ਹੈਗੇ ਨੇ ਜਿਹੜੇ ਪਰਮਿਸ਼ਨਸ ਦਿੰਦੇ ਨੇ, ਫਾਇਰ ਦੀ ਦਿੰਦੇ ਨੇ, ਵਾਟਰ ਦੀ ਦਿੰਦੇ ਨੇ, ਹਰ ਚੀਜ਼ ਦੀ ਦਿੰਦੇ ਨੇ, ਅਗਰ ਉਹ ਉਹਨਾਂ ਦੇ ਉੱਤੇ ਤਿੱਖੀ ਨਿਗਾਹ ਰੱਖਣਗੇ, ਪੈਸੇ ਲੈ ਕੇ ਸਾਈਨ ਨਹੀਂ ਕਰਨਗੇ, ਤੇ ਆਟੋਮੈਟਿਕਲੀ ਹਰ ਬਿਲਡਰ ਨੂੰ ਨੋਰਮਸ ਆਪਣੇ ਪੂਰੇ ਕਰਨੇ ਪੈਣਗੇ। ਇਹ ਸੋਸਾਇਟੀਆਂ ਜਿਹੜੀ ਪਾਸ ਹੁੰਦੀਆਂ, ਜਿਹੜੀ ਪਰਮਿਸ਼ਨਸ ਮਿਲਦੀਆਂ ਨੇ, ਸਭ ਪੈਸੇ ਦੇ ਕੇ ਹੁੰਦੀਆਂ ਨੇ, ਇਹ ਤੋਂ ਕੋਈ ਛੁਪਿਆ ਨਹੀਂ ਹੋਇਆ, ਠੀਕ ਹੈ ਨਾ ਜੀ। ਤੇ ਇਸ ਵਾਸਤੇ ਮੈਂ ਕਹਿੰਦਾ ਕਿ ਵਿਸ਼ਵ ਗੁਰੂ ਅਸੀਂ ਹੈਗੇ ਆ, ਪਰ ਮੈਨੂੰ ਤਾਂ ਲੱਗਦਾ ਵੀ ਠੱਗੀ ਚ ਲੋਕਾਂ ਨੂੰ ਧੋਖਾ ਦੇਣ ਚ ਇੱਕ ਦੂਜੇ ਨੂੰ ਠੱਗੀ ਜਾ ਰਹੇ ਨੇ। ਹਾਂ, ਇਹਦੇ ਵਿੱਚ ਅਸੀਂ ਵਿਸ਼ਵ ਗੁਰੂ ਆ ਕਿ ਆਪਣੇ ਲੋਕਾਂ ਦਾ ਜਿਹੜਾ ਮਿਹਨਤ ਦਾ ਕਮਾਇਆ ਪੈਸਾ ਕਿਵੇਂ ਲੁੱਟਣਾ ਹੈ, ਉਹਦੇ ਵਿੱਚ ਇਹ ਸਰਕਾਰ ਵਿਸ਼ਵ ਗੁਰੂ ਹੈ। ਇਹ ਚ ਤਾਂ ਇੱਕ ਚੀਜ਼ ਹੋਰ ਸਮਝ ਬੜੀ ਬਿਹਤਰ ਲੱਗੀ, ਚਲੋ ਮਾੜੇ ਹਾਲਾਤ ਨੇ, ਹੜ੍ਹ ਆਏ ਹੋਏ ਨੇ, ਪਿੰਡਾਂ ਨਾਲੋਂ ਜ਼ਿਆਦਾ ਰੋਣਾ ਸ਼ਹਿਰ ਵਾਲਿਆਂ ਦਾ ਨਿਕਲਿਆ ਹੋਇਆ, ਜਿਹੜੇ ਆਪਦੇ ਆਪ ਨੂੰ ਹਾਈਟੈਕ ਵੀ ਕਹਿੰਦੇ ਨੇ, ਪੜ੍ਹੇ ਲਿਖੇ ਵੀ ਕਹਿੰਦੇ ਨੇ, ਉਹ ਸੂਝਵਾਨ ਵੀ ਕਹਿੰਦੇ ਨੇ, ਪਿੰਡ ਵਾਲਿਆਂ ਨਾਲੋਂ ਮੈਨੂੰ ਇਹ ਸ਼ਹਿਰਾਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਕਿਉਂ ਨੇ? ਇਹਦਾ ਰੀਜ਼ਨ ਇਹੋ ਹੈਗਾ, ਪਿੰਡਾਂ ਕੋਲ ਤਾਂ ਹਜੇ ਵੀ 100 ਸਹੂਲਤਾਂ ਨਹੀਂ ਹੈਗੀਆਂ। ਇਹਦਾ ਇਹੋ ਪ੍ਰੋਬਲਮ ਉੱਥੇ ਹੀ ਆ ਕੇ ਖੜੀ ਹੋ ਜਾਂਦੀ ਕਿ ਪਿੰਡ ਵਾਲੇ ਬੰਦੇ ਤੇ ਮਿੱਟੀ ਨਾਲ ਮਿੱਟੀ ਹੋਣਾ ਜਾਣਦੇ ਨੇ, ਉਹਨਾਂ ਦਾ ਸਿਸਟਮ ਬੜਾ ਸੈੱਟ ਹੈ, ਉਹ ਪੁਰਾਣੇ ਟਰੇ ਤੇ ਚੱਲ ਰਹੇ ਨੇ ਔਰ ਪੁਰਾਣੇ ਟਰੇ ਹੀ ਕੰਮ ਆਉਂਦੇ ਨੇ। ਜਿਹੜੀ ਨਈ ਟੈਕਨੋਲੋਜੀ ਹੈ ਉਹ ਮੈਨੂੰ ਲੱਗਦਾ ਸਾਰੇ ਇੰਜੀਨੀਅਰਿੰਗ ਮਾਈ ਗੂਗਲ ਤੋਂ ਪੜ੍ਹ ਕੇ ਪਾਸ ਹੁੰਦੇ ਨੇ, ਉਹ ਵੀ ਸ਼ਾਇਦ ਪਤਾ ਨਹੀਂ ਕਿਸ ਤਰੀਕੇ ਨਾਲ ਇੰਜੀਨੀਅਰਿੰਗ ਭਾਂਡੇ 'ਚ ਵੜੀ ਪਈ ਹੈ, ਠੀਕ ਹੈ। ਫਿਰ ਦੂਜੀ ਕੀ ਗੱਲ ਹੈ ਕਿ ਅਸੀਂ ਜਿਹੜਾ ਨੇਤਾ ਚੂਜ਼ ਕਰਨੇ ਆ ਉਹ ਵਿਜ਼ਨਰੀ ਨਹੀਂ ਹੈਗੇ। ਆ ਤੁਸੀਂ ਜਾਕੜ ਜੀ ਉੱਥੇ ਗਏ, ਉਹ ਫੋਟੋ ਸ਼ੂਟ ਕਰਕੇ ਵਾਪਸ ਆ ਗਏ, ਭਗਵੰਤ ਮਾਨ ਜੀ ਗਏ ਉਹ ਕਹਿ ਕੇ ਆ ਗਏ ਜੀ ਦੇਖੋ ਜੀ ਉਹ ਤੇ ਹੈਲੀਕਾਪਟਰ ਤੋਂ ਆਉਂਦੇ ਸਨ, ਮੈਂ ਕਾਰ ਤੇ ਆਇਆ ਵਾਂ। ਉਹ ਭਾਈ ਤੂੰ ਕਾਰ ਤੇ ਆ, ਹੈਲੀਕਾਪਟਰ ਤੇ ਆ, ਹੁਣ ਜਾਕੜ ਜੀ ਇੱਕ ਵਾਰ ਗਏ ਉਸ ਤੋਂ ਬਾਅਦ ਤੇ ਗੱਲ ਖਤਮ। ਉਹ ਲੋਕ ਪਟੀਆਂ ਦੇ ਕਹਿੰਦੇ ਜੇਸੀਬੀ ਨਹੀਂ ਆਈ ਹਜੇ ਤੱਕ, ਜੇਸੀਬੀ ਨੂੰ ਮਿੱਟੀ ਲਾਉਣ ਨਹੀਂ ਦੇ ਦੋ ਕਿ ਮੀਡੀਆ ਕਵਰੇਜ ਤੁਸੀਂ ਲੈ ਲਈ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਉਦਘਾਟਨ ਕਰ ਰਹੇ ਹੋ, ਸਭ ਕੁਝ ਕਰ ਰਹੇ ਹੋ, ਜੀ ਸਦਕੇ ਤੁਹਾਨੂੰ ਰੱਬ ਨੇ ਇੱਕ ਨਿਆ ਪ੍ਰਧਾਨ ਬਣਾਇਆ, ਤੁਸੀਂ ਬਣੋ ਮੰਨੋ, ਲੇਕਿਨ ਜਿਨ ਲੋਕਾਂ ਦੇ ਕਾਰਨ ਤੁਸੀਂ ਹੈਗੇ ਹੋ ਉਹਨਾਂ ਦੇ ਵਿਚਕਾਰ ਅੱਜ ਕੋ ਕਿਹੜਾ ਲੀਡਰ ਪਹੁੰਚਿਆ ਹੈਗਾ ਦੱਸੋ? ਸਿਰਫ ਫੋਟੋ ਆਪਸ ਕਰਾਉਣ ਵਾਸਤੇ ਲੀਡਰ ਆ ਜਾਂਦੇ ਨੇ, ਕੋਈ ਟਰੈਕਟਰ ਤੇ ਚੜ ਕੇ ਆ ਰਿਹਾ, ਕੋਈ ਕਿਤੇ ਆ ਰਿਹਾ, ਉਸ ਤੋਂ ਬਾਅਦ ਆਪਣੇ ਘਰ ਜਾ ਕੇ ਪਕੌੜੇ ਖਾ ਰਹੇ ਨੇ ਜਾਂ ਮੈਨੂੰ ਲੱਗਦਾ ਪੂੜੇ ਖਾ ਰਹੇ ਹੋਣਗੇ।
बिल्कुल सही गल है क्योंकि ये जिहड़ी चीज मैं उद्दे लिखी सी कि आम तौर ते जिहदा जिहड़ा सुखी है ते उहनूं कोई फर्क नहीं पैंदा। खैर एक तो चीज मैं होर शुक्र मनाया मैं जिहड़ियां एडी एडी उच्ची जे चढ़ाउंदे ने वी तुहानूं एड्डा बड़ा वधिया व्यू होगा जे कोई लिफ्ट च ना रह गया रब दा शुक्र है कि क्योंकि लिफ्टां च जांदे ने लोग बड़े सवाद लै लै पर शुक्र है भी लिफ्ट च नहीं कोई रह गया हैगा। गल है जी ऐसे कई इंसीडेंट हैगे ने कि जिन्हां नूं मैं तुहाडे वर्गे जिहड़े पत्रकार ने अज आए ने और लोकां दे दुख विच लोकां दे दुख सरकार तक पहुंचाउण दा जज्बा रख रहे ने उहनां नूं चाहीदा हैगा कि धीरे धीरे मीडिया नूं भी चाहीदा है कि भी लोकां नूं एक प्लेटफॉर्म देन जिथे आके कॉमन बंदा भी अपनी गल कह सके उहनां दी सुनवाई होवे क्योंकि अजकल अगर डर है ते पूरे देश च या ईडी दा डर है ते या मीडिया दा डर है। पर गल इही आ जांदी है वी जदों प्राइवेसी दे नां ते ही सोसाइटी वाले कहंदे ने ना वी साडे आके कोई उरे कैमरा भी ना ला खोले तां फिर अज उहनां नूं याद आ रिहा वी मीडिया किथे आ ते आखर इह तस्वीरां जदों तक जलूस इहनां बिल्डरां ते डीलरां दा नहीं कढणगीआं उदों तक मसला हल नहीं होण लग्गिआ ते हुण वी तुहानूं कह रहे आ जी सदके घर खरीदो ते जी सदके फ्लैट खरीदो पर गल जिवें राजा जी ने कही कि पहलां उहदा बैकग्राउंड भी चैक कर लो ते दूजे पासे मटीरियल दा भी घौंक भौंक लो। ਇਹ ਠੀਕ ਹੈ ਮੰਨਿਆ ਕਿ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਪਰ ਬਿਲਡਰ ਦੇ ਠੱਗੇ ਨਾਲ ਜਾਣ ਨਾਲੋਂ ਚੰਗਾ ਇਹ ਆ ਵੀ 2 ਸਾਲ ਹੋਰ ਤੁਸੀਂ ਕਿਰਾਏ ਤੇ ਬਿਤਾ ਲਓ ਪਰ ਸਮਾਂ ਕੱਢ ਕੇ ਉਦੋਂ ਬਾਅਦ 'ਚ ਖਰੀਦੋ ਨਹੀਂ ਫਿਰ ਜਿਹੜੇ ਹਾਲਾਤ ਆ ਰੋਂਦੇ ਬਿਲਕੇ ਦੇ ਤੁਸੀਂ ਦੇਖੇ ਆ ਦੇਖੇ ਨਹੀਂ ਜਾਂਦੇ ਹੈਗੇ ਨਦੀ ਦੇ ਉੱਤੇ ਘਰ ਪਵਾਤਾ ਇਹਨਾਂ ਨੇ ਕਹਿੰਦੇ ਪਿੱਛੋਂ ਦੀ ਹਾਈਵੇ ਕਢਾਉਣ ਲੱਗੇ ਸੀਗੇ ਨਦੀ ਵਿੱਚ ਦੀ ਹੁਣ ਐਡੇ ਵੱਡੇ ਝੂਠੇ ਤੇ ਠੱਗ ਬੰਦਿਆਂ ਦਾ ਤੁਸੀਂ ਕੀ ਯਕੀਨ ਕਰੋਗੇ ਤੇ ਤੁਸੀਂ ਆਪਦੀ ਅੱਖੀ ਤਸਵੀਰਾਂ ਇਹ ਜਿਹੜੀਆਂ ਦੇਖੀਆਂ ਨੇ ਕੱਲੀਆਂ ਇਹ ਨਹੀਂ ਇਹਨਾਂ ਦੇ ਪਿੱਛੇ ਦੇ ਜਜ਼ਬਾਤ ਵੀ ਦੇਖੋ ਜਿਹੜੇ ਲੋਕ ਅੱਜ ਮਾਸੂਮ ਰੋਂਦੇ ਨਜ਼ਰ ਆਉਂਦੇ ਨੇ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ ਰੋਜ਼ਾਨਾ ਸਪੋਰਟਸ ਫੈਨ ਟੀਵੀ ਚੰਡੀਗੜ੍ਹ।